ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਹਰਮਨਵੀਰ ਸਿੰਘ ਸੋਹਲ ਅਤੇ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਫੇਵਰੇਟ ਸ਼ੋਅ, ਨਾਮ ਹੈ ਜਿਸਦਾ PTC ਸ਼ੋਕੇਸ। ਅਤੇ ਦੋਸਤੋ, ਅੱਜ PTC ਸ਼ੋਕੇਸ ਦੇ ਵਿੱਚ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ ਉਸ ਯੂਨੀਕ ਨੇਮ ਅਤੇ ਯੂਨੀਕ ਸਟੋਰੀ ਦੀ ਫਿਲਮ ਕਾਸਟ ਦੇ ਨਾਲ, ਜਿਸ ਦੀ ਚਰਚਾ ਪੂਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹੈ। ਆਓ ਫਿਰ ਕਰਦੇ ਹਾਂ ਗੱਲ ਇਨ ਐਨ ਐਜ ਇਮਸੈਲਫ ਟੇਸ਼ਨ ਹੈਪੀ ਰਾਏ ਕੋਟੀ ਐਂਡ ਅ ਬਿਊਟੀਫੁਲ ਐਕਟਰਸ ਦਿਲਜੋਤ ਐਂਡ ਵੈਰੀ ਟੈਲੈਂਟਡ ਪ੍ਰਿੰਸ ਕਮਲਜੀਤ ਸਿੰਘ। ਹੋਰ ਭਾਅ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਵੀਰੇ, ਤੁਸੀਂ ਸੁਣਾਓ ਕਿੱਦਾਂ ਜੀ? ਬਸ ਬਹੁਤ ਵਧੀਆ। ਪਹਿਲੀ ਗੱਲ ਤਾਂ ਬਹੁਤ ਜੱਚ ਰਹੇ ਹੋ ਤਿੰਨੋਂ। ਥੈਂਕ ਯੂ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੋਕੇਸ ਦੇ ਵਿੱਚ। ਥੈਂਕ ਯੂ ਵੀਰੇ। ਅਤੇ ਭਾਅ ਜੀ, ਪਹਿਲਾਂ ਤੁਸੀਂ ਬ੍ਰਿਲੀਅੰਟ ਐਂਟਰੀ ਕੀਤੀ ਐਜ਼ ਅ ਰਾਈਟਰ, ਠੀਕ ਹੈ, ਦੈਨ ਐਜ਼ ਅ ਸਿੰਗਰ, ਲੋਕਾਂ ਨੇ ਬਹੁਤ ਪਸੰਦ ਕੀਤਾ, ਹਿੱਟ ਹੋਏ, ਅਤੇ ਹੁਣ ਐਜ਼ ਅ ਲੀਡ ਹੀਰੋ, ਕਿੱਦਾਂ ਦਾ ਫੀਲ ਹੋ ਰਿਹਾ? ਬਹੁਤ ਚੰਗਾ ਲੱਗ ਰਿਹਾ ਜੀ ਮੈਨੂੰ। ਐਂ ਲੱਗ ਰਿਹਾ ਜਿਵੇਂ ਸੱਤ ਕਨਾਲਾਂ ਦੁਬਾਰੇ ਆਉਣੀ ਹੁੰਦੀ ਹੈ। ਕਿਆ ਬਾਤ ਹੈ! ਹਾਂ ਵੀ ਜਿੰਨਾ ਪਹਿਲੀ ਐਲਬਮ ਦਾ ਚਾਹ ਸੀ ਓਨਾ ਹੀ, ਉਸ ਤੋਂ ਕਿਤੇ ਜ਼ਿਆਦਾ ਹੀ ਚਾਹ ਕਹਿ ਸਕਦੇ ਤੁਸੀਂ ਮੈਨੂੰ। ਟੇਸ਼ਨ, ਮੈਂ ਕਰਮ ਵਾਲਾ ਜੀ, ਮੈਂ ਇਹ ਫਿਲਮ ਕੀਤੀ ਤਾਂ। ਅਤੇ ਦਿਲਜੋਤ, ਜਦੋਂ ਤੁਹਾਨੂੰ ਔਫਰ ਹੋਈ ਫਿਲਮ 'ਤੇ, ਤੁਹਾਨੂੰ ਪਤਾ ਲੱਗਿਆ ਕਿ ਹਾਂ ਇੱਕ ਬਹੁਤ ਫੇਮਸ ਲਿਰਿਸਿਸਟ ਐਂਡ ਸਿੰਗਰ ਦੇ ਨਾਲ ਤੁਸੀਂ ਪਰਫੋਰਮ ਕਰਨ ਜਾ ਰਹੇ ਹੋ, ਤੁਹਾਡੀ ਡੈਬਿਊ ਫਿਲਮ ਹੈ, ਸੋ ਕੀ ਰਿਐਕਸ਼ਨ ਸੀ ਤੁਹਾਡਾ? ਜੀ, ਬਹੁਤ ਵਧੀਆ ਰਿਐਕਸ਼ਨ ਸੀ। ਪਹਿਲਾਂ ਤਾਂ ਇਨਸਾਨੀ ਜਜ਼ਬਾਤ ਇੱਦਾਂ ਹੈ ਨਾ, ਇਨਸਾਨੀ ਇਮੋਸ਼ਨ ਹੁੰਦੀ ਹੈ ਕਿ ਤੁਹਾਨੂੰ ਇੱਕ ਝਿਜਕ ਹੁੰਦੀ ਹੈ, ਤੁਸੀਂ ਇੱਕ ਨਵੀਂ ਟੀਮ ਨਾਲ ਕੰਮ ਕਰਨਾ, ਸਭ ਨੂੰ ਹਜੇ ਮਿਲਣਾ, ਤਾਂ ਇੱਕ ਝਿਜਕ ਹੁੰਦੀ ਹੈ। ਬਟ ਮੈਨੂੰ ਲੱਗਦਾ ਜਿੱਦਾਂ ਹੀ ਮੈਂ ਮਿਲੀ ਇਹਨਾਂ ਨੂੰ, ਉਸੇ ਟਾਈਮ ਉਹ ਝਿਜਕ, ਉਹ ਹਿਚਕਚਾਹਟ ਦੂਰ ਹੋ ਗਈ। ਬਹੁਤ ਹੀ ਵਧੀਆ ਇਨਸਾਨ, ਬਹੁਤ ਹੀ ਟੈਲੈਂਟਿਡ ਹੈਪੀ ਰਾਏ ਕੋਟੀ ਹੈਗੇ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ, ਸੋ ਉਹ ਝਿਜਕ ਇੱਕਦਮ ਦੂਰ ਹੋ ਗਈ। ਐਂਡ ਫਿਰ ਜਿੱਦਾਂ ਜਿੱਦਾਂ ਅਸੀਂ ਸਟੋਰੀ 'ਤੇ ਵਰਕ ਕਰਦੇ ਗਏ, ਸ਼ੂਟਿੰਗ ਸ਼ੁਰੂ ਹੋ ਗਈ, ਫਿਰ ਤਾਂ ਮਤਲਬ ਮਾਹੌਲ ਹੀ ਵੱਖਰਾ ਹੋ ਗਿਆ, ਇੱਕ ਪਰਿਵਾਰਕ ਮਾਹੌਲ ਹੋ ਗਿਆ। ਬਹੁਤ ਅਸੀਂ ਇੰਜੋਏ ਕਰਦੇ ਸੀ ਹਰ ਮੂਮੈਂਟ, ਹਰ ਦਿਨ ਇੰਜੋਏਮੈਂਟ ਹੁੰਦੀ ਸੀਗੀ ਔਨ ਸੈੱਟ, ਅਤੇ ਉਹ ਇੱਕ ਕੰਫਰਟ ਲੈਵਲ, ਉਹ ਇੱਕ ਮਸਤੀ ਵਿੱਚ ਅਸੀਂ ਫਿਲਮ ਬਣਾਈ ਹੈ, ਅਤੇ ਉਹ ਦੇਖੇਗੀ ਵੀ ਔਨ ਸਕਰੀਨ, ਆਈ ਥਿੰਕ ਸਾਰੇ ਦਰਸ਼ਕਾਂ ਨੂੰ। ਅਤੇ ਜਦੋਂ ਇਨਫੈਕਟ ਸ਼ੂਟਿੰਗ ਮੁੱਕਣੀ ਸੀਗੀ, ਉਦੋਂ ਬੜਾ ਇੱਕ ਇਮੋਸ਼ਨਲ ਜਾਂ ਇੱਕ ਨੋਸਟੈਲਜੀ ਆ ਗਿਆ ਸਾਰਿਆਂ 'ਚ ਕਿ ਇਹ ਸਫ਼ਰ ਬਹੁਤ ਸੋਹਣਾ ਸੀਗਾ। ਕਿਤੇ ਨਾ ਕਿਤੇ ਲੱਗਦਾ ਹੁਣ ਉਹ ਮਿਲਣਾ ਜੁਲਣਾ ਨਹੀਂ ਹੋਊਗਾ ਜਿਹੜਾ ਰੋਜ਼ ਮਿਲਦੇ ਸੀ, ਸੋ ਬਹੁਤ ਸੀ ਵਧੀਆ ਲੱਗਿਆ, ਇਟ ਵਾਜ਼ ਅ ਗ੍ਰੈਂਡ ਐਕਸਪੀਰੀਅੰਸ। ਜਿੱਦਾਂ ਕਿ ਪੰਜਾਬੀ ਦੇ ਬਹੁਤ ਫੇਮਸ ਅਤੇ ਟੈਲੈਂਟਡ ਐਕਟਰ ਦੇ ਹੁਣ ਜਿਹੜੇ ਰਾਈਟਰ ਵੀ ਨੇ, ਹੈ ਨਾ, ਤੁਸੀਂ ਭਾਈ ਇਹ ਫਿਲਮ ਲਿਖੀ ਹੈ ਨਾ, ਸੋ ਇਸ ਸਟੋਰੀ ਦੇ ਵਿੱਚ ਕੀ ਯੂਨੀਕ ਹੈ? ਇਹਦੇ 'ਚ ਯੂਨੀਕ ਉਹ ਹੈ ਜਿਹੜੀਆਂ ਮੇਰੇ ਖਿਆਲ 'ਚ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਦੇਖਦੇ ਸੀਗੇ ਔਰ ਜਿਹੜੀਆਂ ਦੇਖ ਕੇ ਅਸੀਂ ਸਾਨੂੰ ਚੰਗਾ ਵੀ ਲੱਗਦਾ ਹੁੰਦਾ ਸੀ ਨਾ, ਜਿਹਦੇ ਕਰਕੇ ਸਾਡੇ ਪਿੰਡ ਮੰਨੇ ਜਾਂਦੇ ਆ, ਉਹ ਗੱਲਾਂ ਫਿਲਮਾਂ 'ਚ ਬਹੁਤ ਘੱਟ ਆਉਂਦੀਆਂ ਸੀ। ਉਹ ਸਾਰੀਆਂ ਹੀ ਗੱਲਾਂ ਜਿਹੜੀਆਂ ਸੀਗੀਆਂ ਉਹ ਫਿਲਮ ਦੇ ਵਿੱਚ ਆਪਣੇ ਵਾਲੇ 'ਚ, ਵੀ ਜੇ ਟੇਸ਼ਨ ਦੇ ਵਿਆਹ ਵੀ ਜਾਣਾ ਤਾਂ ਬੁੜੀਆਂ ਕਹਿੰਦੀਆਂ ਵੀ ਚੱਲ ਨੀ ਕੁੜੇ ਭੱਜ ਕੇ ਪਾਥੀਆਂ ਪੱਥਿਆ ਹੀ ਹੈ, ਅਸਲ 'ਚ ਹੁੰਦਾ ਸੀ, ਅਸੀਂ ਚਾਚੀਆਂ ਤਾਈਆਂ ਸਾਰੀਆਂ ਦੇਖਦੇ ਹੁੰਦੇ ਸੀ। ਕਿਤੇ ਨਾ ਕਿਤੇ ਜ਼ਿਆਦਾ ਸਿਆਣਾ, ਜ਼ਿਆਦਾ ਉਵੇਂ ਕਰਕੇ ਅਤੇ ਜ਼ਿਆਦਾ ਸ਼ਹਿਰੀਕਰਨ ਵਾਲਾ ਫਿਲਮਾਂ ਵਾਲਾ ਹੋ ਗਿਆ ਸੀ, ਅਤੇ ਆਪਣੇ ਵਾਲੀ ਜਿਹੜੀ ਇਹ ਫਿਲਮ ਹੈ ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇਹਦਾ ਪਤਾ ਲੱਗ ਜਾਂਦਾ ਵੀ ਸਟੇਸ਼ਨ ਨੂੰ ਆਪਣੇ ਪਿੰਡਾਂ ਵਾਲੇ ਟੇਸ਼ਨ ਕਹਿੰਦੇ ਹੁੰਦੇ, ਅਤੇ ਅਸੀਂ ਫਿਲਮ ਦਾ ਨਾਂ ਹੀ ਜਿਹੜਾ ਉਹਦਾ ਟਾਈਟਲ ਹੈ ਉਹ ਟੇਸ਼ਨ ਰੱਖਿਆ। ਤੇ ਭਾਈ, ਜਿੱਦਾਂ ਤੁਹਾਡੇ ਕੋਲ ਇਹ ਸਕ੍ਰਿਪਟ ਆਈ ਟੇਸ਼ਨ ਹੈ ਨਾ, ਤੇ ਇਹ ਤੁਹਾਡਾ ਡੈਬਿਊ ਐਜ਼ ਅ ਲੀਡ ਮੇਨ ਲੀਡ ਹੈ, ਸੋ ਤੁਸੀਂ ਕਿੱਦਾਂ ਸੋਚਿਆ ਕਿ ਹਾਂ ਇਹੀ ਫਿਲਮ 'ਚ ਲੀਡ ਕਰਨਾ, ਇਸੇ ਫਿਲਮ 'ਚ ਡੈਬਿਊ ਕਰਨਾ ਐਜ਼ ਅ ਲੀਡ? ਪਹਿਲਾਂ ਸਾਰਿਆਂ ਤੋਂ ਪਹਿਲਾਂ ਮੇਰਾ ਪ੍ਰਿੰਸ ਬਾਈ ਨਾਲ ਬਹੁਤ ਪਿਆਰਾ, ਸ਼ੁਰੂ ਤੋਂ ਹੀ ਅਸੀਂ ਜੱਟ ਬੋਇਜ਼ ਤੋਂ ਜਾਣਦੇ ਹਾਂ ਮਿਲਾਂ ਦਾ। ਉਹ ਫਿਲਮ ਦੇ ਮੈਂ ਗਾਣੇ ਲਿਖੇ ਸੀ, ਜੱਟ ਬੋਇਜ਼ ਵੀ ਬਾਈ ਹੋਣਾ ਨੇ ਲਿਖੇ ਸੀ, ਪੁੱਤ ਜੱਟਾਂ ਨੇ, ਸਿੱਪੀ ਬਾਈ ਵਾਲੀ ਫਿਲਮ ਨੇ, ਅਤੇ ਉਦੋਂ ਤੋਂ ਅਸੀਂ ਇਕੱਠੇ ਹਾਂ ਅਤੇ ਕਾਫੀ ਇੱਦਾਂ ਚੱਲਦਾ ਰਹਿੰਦਾ ਸੀ ਵੀ ਫਿਲਮ ਜੇ ਕਰਾਂਗੇ ਤਾਂ ਇੱਦਾਂ ਕਰਨੀ, ਇੱਦਾਂ ਕਰਨੀ। ਜਦੋਂ ਪਹਿਲੀ ਵਾਰੀ ਮੈਨੂੰ ਬਾਈ ਹੁਣੀ ਮਿਲੇ, ਬਾਈ ਕਹਿੰਦੇ ਫਿਲਮ ਕਰਨੀ ਹੈ, ਫਿਲਮ ਦਾ ਨਾਂ ਹੈਗਾ ਟੇਸ਼ਨ। ਪਹਿਲਾਂ ਤਾਂ ਇੱਕ ਇਹ ਹੁੰਦਾ ਵੀ ਇੱਕ ਯਕੀਨ ਹੀ ਹੁੰਦਾ ਵਾ ਵੀ ਬਾਈ ਨੇ ਲਿਖੀ ਤਾਂ ਘੈਂਟ ਹੀ ਹੋਣੀ ਹੈ ਨਾ, ਉਹ ਮੈਨੂੰ ਟੇਸ਼ਨ ਹੀ ਇੱਕ ਬੜਾ ਡਿਫਰੈਂਟ ਜਿਹਾ ਲੱਗਿਆ। ਮੈਂ ਕਿਹਾ ਬਾਈ ਮੈਂ ਕਰੂੰਗਾ, ਮੈਂ ਟਾਈਟਲ 'ਤੇ ਹੀ ਕਹਿਤਾ ਸੀ, ਮੈਂ ਕਿਹਾ ਮੈਂ ਕਰੂੰਗਾ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਬਾਈ ਹੋਣਾ ਨੇ ਫਿਰ ਕਹਾਣੀ ਮੈਨੂੰ ਸੁਣਾਈ, ਉਦੋਂ ਵਨ ਲਾਈਨ ਥੋੜ੍ਹੀ ਥੋੜ੍ਹੀ ਸੁਣਾਈ ਹੈ ਨਾ, ਉਹ ਮੈਨੂੰ ਇੱਕ ਦਿਲ ਨੂੰ ਟੁੰਬਦੀ ਸੀ, ਕਿਉਂਕਿ ਮੈਨੂੰ ਲੱਗਦਾ ਆਮ ਤੌਰ 'ਤੇ ਹੁਣ ਹਮੇਸ਼ਾ ਨਾ ਫਿਲਮਾਂ ਥੋੜ੍ਹੀਆਂ ਜਿਹੀਆਂ ਜਿਵੇਂ ਸ਼ਹਿਰੀਕਰਨ ਬਾਈ ਨੇ ਦੱਸਿਆ, ਸਾਰੀਆਂ ਉੱਧਰ ਨੂੰ ਹੋ ਗਈਆਂ ਸੀ, ਮਾਡਰਨ ਟਾਈਪ ਜਿਹਾ ਬਣਨ ਲੱਗ ਗਈਆਂ ਸੀ, ਅਤੇ ਇੱਕ ਮੈਨੂੰ ਦੇਸੀ ਲੱਗਦੀ ਸੀ ਵੀ ਯਾਰ ਜੇ ਇਹ ਗੱਲ ਆਊ, ਕਿਉਂਕਿ ਨਾ ਉਹ ਬੜੀ ਨੇੜਲੀ ਗੱਲ ਸੀ, ਮੇਰੇ ਆਪ ਦੀ ਨੇੜਲੀ ਗੱਲ ਸੀ, ਕਿਉਂਕਿ ਮੈਂ ਹਮੇਸ਼ਾ ਪਿੰਡ ਰਹਿੰਦਾ, ਮੈਂ ਹਾਲੇ ਵੀ ਪਿੰਡ ਹੀ ਰਹਿੰਦਾ, ਅਤੇ ਉਹ ਮੈਨੂੰ ਮੇਰੇ ਵਰਗੀ ਫਿਲਮ ਲੱਗਦੀ ਸੀ। ਅੱਛਾ, ਤੇ ਮੈਂ ਕਹੀ ਮੈਂ ਕਰੂੰਗਾ। ਤੇ ਦਿਲਜੋਤ, ਜਦੋਂ ਤੁਹਾਡੇ ਕੋਲ ਸਕ੍ਰਿਪਟ ਆਈ ਟੇਸ਼ਨ, ਤੇ ਤੁਹਾਡਾ ਕੀ ਰਿਐਕਸ਼ਨ ਸੀਗਾ ਕਿ ਹਾਂ ਤੁਹਾਨੂੰ ਇਸ ਫਿਲਮ ਲਈ, ਤੁਹਾਨੂੰ ਕਿੱਦਾਂ ਲੱਗਾ ਕਿ ਹਾਂ ਯਾਰ ਮੈਂ ਸਹੀ ਕਰੈਕਟਰ ਹਾਂ? ਮੈਨੂੰ ਜੇ ਸੈਕਿੰਡ ਥਾਟ ਆਈ ਨਹੀਂ ਕਿ ਨਹੀਂ ਕਰਨੀ ਚਾਹੀਦੀ, ਕਿਉਂਕਿ ਮੈਨੂੰ ਵੀ ਜਿਹੜਾ ਵੀ ਕਿਰਦਾਰ ਮੇਰੇ, ਜਿੰਨੀ ਕੁੜੀ ਦਾ ਕਿਰਦਾਰ ਹੈ, ਸੋ ਜਿਸ ਤਰ੍ਹਾਂ ਕਿਰਦਾਰ ਪ੍ਰਿੰਸ ਜੀ ਨੇ ਬੁਣਿਆ ਸੀਗਾ, ਜਿਸ ਤਰ੍ਹਾਂ ਵਿੱਚ ਟੇਸ਼ਨ ਨਾਲ ਉਹਦਾ ਇੱਕ ਰੋਮਾਂਟਿਕ ਰਿਲੇਸ਼ਨ ਦਿਖਾਇਆ, ਫਿਰ ਅੱਗੇ ਜਿੱਦਾਂ ਦੇਸੀ ਮਾਹੌਲ ਫਿਲਮ 'ਚ ਦਿਖਾਇਆ ਹੈ ਨਾ, ਅਤੇ ਮੈਨੂੰ ਲੱਗਿਆ ਕਿ ਲੋਕ ਦਰਸ਼ਕ ਬਹੁਤ ਆਈਡੈਂਟੀਫਾਈ ਕਰਨਗੇ ਸਟੋਰੀ ਨਾਲ ਅਤੇ ਮੇਰੇ ਆਪਦੇ ਕੈਰੈਕਟਰ ਨਾਲ,
ਤੇ ਬਾਕੀ ਆਰਟਿਸਟ ਨੂੰ ਹਮੇਸ਼ਾ ਭਾਲ ਹੁੰਦੀ ਹੈ ਇੱਕ ਨਵਾਂ ਕੈਰੈਕਟਰ ਕਰਨ ਦੀ, ਇੱਕ ਨਵਾਂ ਜਿੱਥੇ ਵੇਰੀਏਸ਼ਨ ਆ ਜਾਵੇ. ਸੋ ਮੈਂ ਇੱਕ ਸਕਿੰਟ ਲਈ ਵੀ ਨਹੀਂ ਸੋਚਿਆ ਕਿ ਨਹੀਂ ਕਰਨੀ ਚਾਹੀਦੀ, ਹੈ ਨਾ. ਜਦ ਹੀ ਹਾਂ ਹੀ ਨਿਕਲੀ ਤੇ ਹੁਣ ਮੈਨੂੰ ਲੱਗਦਾ ਸਹੀ ਡਿਸੀਜਨ ਸੀਗਾ, ਐਂਡ ਲੋਕਾਂ ਨੂੰ ਵੀ ਦੇਖ ਕੇ ਲੱਗੂਗਾ ਕਿ ਸਾਰਿਆਂ ਦਾ ਸਹੀ ਡਿਸੀਜਨ ਸੀਗਾ ਸਾਡੇ ਐਜ਼ ਅ ਟੀਮ. ਜਿੱਦਾਂ ਕਿ ਆਪਾਂ ਦੇਖਿਆ ਕਿ ਫਿਲਮ ਥੋੜ੍ਹੀ ਰੋਮਾਂਟਿਕ ਜੋਨਰ ਦੀ ਹੈ, ਹੈ ਨਾ. ਅਤੇ ਜਿੱਦਾਂ ਜਿੱਥੇ ਤੱਕ ਮੈਨੂੰ ਲੱਗਦਾ ਭਾਅ ਜੀ ਥੋੜ੍ਹੇ ਜਿਹੇ ਸ਼ਾਈ ਲੱਗਦੇ ਆ, ਅਤੇ ਜਦੋਂ ਤੁਹਾਡੇ ਕੁਛ ਸੀਨਸ ਇੱਦਾਂ ਦੇ, ਸੋ ਕਿੱਦਾਂ ਭਾਅ ਜੀ ਉੱਥੇ ਵੀ ਥੋੜ੍ਹਾ ਸ਼ਾਈ ਫੀਲ ਕਰਦੇ ਕਿ ਨਹੀਂ? ਦੇਖੋ ਦੇਖੋ ਜੀ ਇਹਨਾਂ ਦਾ ਕੈਰੈਕਟਰ ਹੈ ਟੇਸ਼ਨ ਦਾ, ਹੈ ਨਾ. ਹਾਂਜੀ. ਅਤੇ ਹੈਪੀ ਮਤਲਬ ਤੁਸੀਂ ਹੈਗੇ ਹੋ ਸ਼ਰਮੀਲੇ, ਟੇਸ਼ਨ ਦਾ ਜਿਹੜਾ ਕਿਰਦਾਰ ਹੈ ਉਹ ਥੋੜ੍ਹਾ ਜਿਹਾ ਇੱਦਾਂ ਦਾ ਦਿਖਾਇਆ, ਦੇਸੀ ਮੁੰਡਾ, ਹੈ ਨਾ, ਪੇਂਡੂ ਮੁੰਡਾ, ਦਿਲ ਦਾ ਬਹੁਤ ਸਾਫ਼ ਆ, ਬਟ ਜਿੱਦਾਂ ਅਕਸਰ ਮੁੰਡੇ ਚਾਲਬਾਜ਼ ਹੁੰਦੇ ਨੇ ਉੱਦਾਂ ਦਾ ਨਹੀਂ ਹੈ. ਸੋ ਸ਼ਾਇਦ ਉਸ ਚੀਜ਼ ਨੂੰ ਆਪਣੇ ਦਰਸ਼ਕ ਜਾਂ ਆਪਾਂ ਕਹਿ ਸਕਦੇ ਹਾਂ ਕਿ ਸ਼ਰਮੀਲਾਪਨ ਲੈ ਸਕਦੇ ਹਾਂ ਉਹਨੂੰ, ਪਰ ਜਿਨੀ ਨੂੰ ਉਹ ਸ਼ਰਮੀਲਾਪਨ ਬਹੁਤ ਪਸੰਦ ਆ. ਸੋ ਬਾਕੀ ਬਹੁਤ ਹੀ ਅੱਛਾ ਲੱਗਿਆ. ਆਈ ਥਿੰਕ ਅਗਰ ਉਹ ਸ਼ਰਮੀਲਾਪਨ ਇਹ ਦਿਖਾ ਸਕੇ ਟੇਸ਼ਨ ਦੇ ਕਿਰਦਾਰ ਦਾ, ਉਹ ਵਧੀਆ ਹੀ ਹੈ ਕਿਉਂਕਿ ਉਹ ਕੈਰੈਕਟਰ ਨੂੰ ਜਸਟੀਫਾਈ ਕਰਦਾ, ਹੈ ਨਾ. ਭਾਅ ਜੀ ਜਿੱਦਾਂ ਤੁਸੀਂ ਜਦੋਂ ਸਕ੍ਰਿਪਟ ਲਿਖ ਰਹੇ ਸੀ ਉਦੋਂ ਜਦੋਂ ਤੁਸੀਂ ਸ਼ੁਰੂ ਕੀਤੀ ਸੀ ਇਹ ਸੋਚ ਕੇ ਸ਼ੁਰੂ ਕੀਤੀ ਸੀ ਕਿ ਹਾਂਜੀ ਹੈਪੀ ਰਹਿ ਕੋਟੀ ਭਾਈ ਲਈ ਲਿਖ ਰਹੇ ਹਾਂ? ਅਸਲ 'ਚ ਮੇਰੇ ਮੈਂ ਬਾਈ ਨੂੰ ਜਦੋਂ ਮਿਲਦਾ ਹੁੰਦਾ ਸੀਗਾ ਅਤੇ ਸਾਡੀ ਗੱਲਬਾਤ ਹੋਣੀ, ਵੈਸੇ ਵੀ ਜੇ ਗਿੱਪੀ ਬਾਈ ਜੀ ਦਾ ਕੋਈ ਕੰਮ ਇਹਨਾਂ ਨੇ ਗਾਣਾ ਲਿਖਿਆ ਜਾਂ ਫਿਲਮ 'ਤੇ, ਤਾਂ ਮੈਂ ਵੀ ਜੁਆਇੰਟ ਸੀ ਉੱਧਰ ਗਰੁੱਪ ਦੇ, ਮਿਲਦੇ ਰਹਿੰਦੇ ਸੀ, ਅਸੀਂ ਮਿਲਦੇ ਰਹਿੰਦੇ ਸੀਗੇ. ਅੱਛਾ. ਅਤੇ ਗੱਲਬਾਤ ਕਰਦੇ ਰਹਿੰਦੇ ਸੀ, ਅਤੇ ਜਦੋਂ ਹੀ ਕੋਈ ਸਬਜੈਕਟ ਮੇਰੇ ਇੱਕ ਦੋ ਹੋਰ ਕਹਾਣੀਆਂ ਸੀਗੀਆਂ ਅਤੇ ਮੈਂ ਬਾਈ ਨਾਲ ਜ਼ਰੂਰ ਸਾਂਝੀ ਕਰ ਲੈਂਦਾ ਸੀ. ਤੁਹਾਡੀ ਕੁਛ ਕੁ ਤੁਹਾਡੇ ਬੰਦੇ ਹੁੰਦੇ ਜਿਵੇਂ ਆਪਣੀ ਫਿਲਮ ਦੇ ਜਿਹੜੇ ਡਾਇਰੈਕਟਰ ਹੈ ਉਹ ਮੇਰੇ ਦੋਸਤ ਆ, ਅਤੇ ਮੈਂ ਉਹਨਾਂ ਦੇ ਸੁਫੀਰ ਜੀ ਉਹਨਾਂ ਨਾਲ ਵੀ ਗੱਲ ਕਰ ਲੈਂਦਾ ਉਹਨਾਂ ਦੀ, ਮੈਂ ਇੱਦਾਂ ਹੀ ਬਾਈ ਨਾਲ ਸਾਂਝੇ ਕਰਦਾ ਰਹਿੰਦਾ ਸੀ ਕਿਉਂਕਿ ਇਹ ਵੀ ਰਾਈਟਰ ਹੈ ਮੈਂ ਵੀ ਰਾਈਟਰ ਹਾਂ ਅਤੇ ਇੱਕ ਦੂਜੇ ਨੂੰ ਅਸੀਂ ਹੁੰਦਾ ਹੀ ਆਪਾਂ ਨੂੰ ਵੀ ਸਹੀ ਰਾਏ ਉੱਥੋਂ ਮਿਲੂ, ਮੈਂ ਗੱਲ ਕਰਦਾ ਰਹਿੰਦਾ ਸੀ. ਅਤੇ ਮੇਰੇ ਮਨ 'ਚ ਵੀ ਹੁੰਦੀ ਸੀਗੀ ਵੀ ਬਾਈ ਆਪਾਂ ਕਰਨੀ ਹੈ, ਬਸ ਕਰਨੀ ਹੈ, ਕੁਛ ਨਾ ਕੁਛ ਕਰਾਂਗੇ. ਉਹ ਫਿਰ ਮੈਂ ਜਦੋਂ ਸੀ ਮੈਨੂੰ ਪ੍ਰੋਡਿਊਸਰ ਮਿਲੇ ਉਹਨਾਂ ਨੇ ਸੰਦਰ ਸਾਹਿਬ ਜੱਟ ਬੋਇਜ਼ ਵਾਲੇ ਪ੍ਰੋਡਿਊਸਰ, ਉਹਨਾਂ ਤੋਂ ਮੇਰਾ ਨੰਬਰ ਲਿਆ ਵੀ ਉਹ ਬੰਦੇ ਤੋਂ ਅਸੀਂ ਫਿਲਮ ਲਿਖਾਉਣੀ, ਮੈਨੂੰ ਮਿਲੇ, ਮੈਂ ਉਹਨਾਂ ਨੂੰ ਦੋ ਕਹਾਣੀਆਂ ਦੱਸੀਆਂ, ਉਹਨਾਂ 'ਚ ਉਹਨਾਂ ਨੇ ਇਹਨੂੰ ਡਨ ਕੀਤਾ. ਅੱਛਾ. ਉਹ ਵੀ ਫੈਨ ਸੀਗੇ ਬਾਈ ਦੇ ਬੰਦੇ, ਉਹ ਨੌਨ ਪੰਜਾਬੀ, ਮੈਨੂੰ ਬੜੀ ਵਧੀਆ ਗੱਲ ਲੱਗੀ, ਨੌਨ ਪੰਜਾਬੀ ਬੰਦੇ ਪੰਜਾਬੀ ਫਿਲਮ 'ਤੇ ਪੈਸਾ ਲਾਇਆ ਉਹਨਾਂ ਨੇ, ਔਰ ਗੁੜਗਾਉਂ ਦੇ ਆ ਉਹ ਪ੍ਰੋਡਿਊਸਰ ਧਨੀ ਰਾਮ ਟੋਕਸ ਅਤੇ ਅਸ਼ੋਕ ਜੰਗ, ਆਪਣੇ ਪੰਜਾਬ 'ਚ ਤਾਂ ਇੱਦਾਂ ਦੇ ਨਾਂ ਵੀ ਨਹੀਂ. ਅਤੇ ਉਹਨਾਂ ਨੇ ਜਦੋਂ ਹੀ ਗੱਲ ਮੇਰੇ ਫਸੇ ਹੋਏ ਸੀ ਬਾਈ ਵੀ ਆਈਡੀਆ ਹੀ ਉਸ ਕਿਸਮ ਦਾ, ਮੈਂ ਜਦੋਂ ਹੀ ਗੱਲ ਕੀਤੀ ਅਤੇ ਉੱਧਰੋਂ ਤਾਂ ਦੋਨੇ ਹੱਥਾਂ ਨਾਲ ਹੀ ਤਾੜੀਆਂ ਵੱਜੀਆਂ ਵੀ ਯਾਰ ਹਾਂ ਬਾਈ ਜੀ ਕੋ ਲਾਓ ਯਾਰ, ਬਾਈ ਜੀ ਕੋ, ਬਾਈ ਜੀ ਕੋ. ਫਿਰ ਬਸ ਉਸ ਤੋਂ ਬਾਅਦ ਮੈਂ ਕਿਹਾ ਵੀ ਚੱਕ ਚੁੱਕ ਲਈ ਫਿਰਦੇ ਹਾਂ, ਮੈਂ ਫੋਨ ਲਾਇਆ ਬਾਈ ਨੂੰ, ਮੈਂ ਜਾ ਕੇ ਹੁਣ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਕਿਤੇ ਨਹੀਂ ਜਾਣਾ, ਆਪਾਂ ਡਿਸਕਸ ਕਰਨਾ ਪੂਰੇ ਫਿਲਮ ਦਾ ਸਫ਼ਰ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ, ਅਤੇ ਅਸੀਂ ਗੱਲ ਕਰ ਰਹੇ ਹਾਂ ਟੇਸ਼ਨ ਫਿਲਮ ਦੀ ਸਟਾਰ ਕਾਸਟ ਦੇ ਨਾਲ. ਅਤੇ ਹੈਪੀ ਭਾਅ ਜੀ ਤੁਸੀਂ ਸਾਰਾ ਕੁਛ ਕਰ ਲਿਆ, ਸਿੰਗਿੰਗ ਕਰ ਲਈ ਆ, ਲਿਰਿਕਸ ਲਿਖ ਲਏ, ਹੈ ਨਾ, ਹਿੱਟ ਹੋ ਗਏ ਹੋ, ਅਤੇ ਸਾਰਿਆਂ ਲਈ ਤਿਆਰੀ ਵੀ ਕੀਤੀ ਹੈ ਤੁਸੀਂ? ਜੀ ਜੀ ਬਾਈ. ਅਤੇ ਐਕਟਿੰਗ ਲਈ ਕਿੰਨੀ ਕੁ ਤਿਆਰੀ ਕਰਨੀ ਪਈ ਤੁਹਾਨੂੰ? ਤਿਆਰੀ ਬਾਈ ਪਹਿਲਾਂ ਮੈਂ ਦੱਸਿਆ ਫਿਲਮ ਮੇਰੇ ਵਰਗੀ ਆ, ਮੈਨੂੰ ਮੇਰਾ ਕਰੈਕਟਰ ਟੇਸ਼ਨ ਦਾ ਜਿਹੜਾ ਮੇਰੇ ਵਰਗਾ ਲੱਗਦਾ, ਬਾਕੀ ਐਕਟਿੰਗ ਉਹ ਆ ਜਿਹੜੀ ਲੱਗੇ ਨਾ, ਹੈ ਨਾ, ਐਕਟਿੰਗ ਵੀ ਐਕਟਿੰਗ ਨਾ ਲੱਗੇ, ਉਹ ਨੈਚੁਰਲ ਲੱਗਣੀ ਚਾਹੀਦੀ ਹੈ. ਉਹ ਚੀਜ਼ਾਂ ਮੈਂ ਪ੍ਰਿੰਸ ਬਾਈ ਤੋਂ ਬਹੁਤ ਸਿੱਖੀਆਂ ਕਿਉਂਕਿ ਬਾਈ ਨੇ ਸ਼ੁਰੂ ਤੋਂ ਜਿਹੜੀ ਕਹਾਣੀ ਮੈਨੂੰ ਸਾਰੀ ਬਾਈ ਨੇ ਲਿਖੀ ਆ, ਮੈਂ ਆਪ ਗਾਣੇ ਲਿਖਦਾ ਕਰਕੇ ਮੈਨੂੰ ਪਤਾ ਹੁੰਦਾ ਵੀ ਉਹਨੇ ਕੀ ਹੰਢਾ ਕੇ ਲਿਖਿਆ, ਹੈ ਨਾ. ਅਤੇ ਉਹ ਮੈਨੂੰ ਲੱਗਦਾ ਹੁੰਦਾ ਸੀ ਜਿਹੜੀ ਚੀਜ਼ 'ਤੇ ਮੈਂ ਅੜਦਾ ਸੀ ਫਿਰ ਬਾਈ ਤੋਂ ਪੁੱਛ ਲਈਦੀ ਸੀ, ਬਾਈ ਨਾਲ ਰੈਸਲ ਕਰ ਲੈਂਦਾ ਸੀ, ਜੇ ਕੋਈ ਦਿਲਜੋਤ ਨਾਲ ਵੀ ਸੀਨ ਹੁੰਦਾ ਸੀ ਜਾਂ ਯੋਗਰਾਜ ਜੀ ਨਾਲ ਵੀ ਮੇਰੇ ਨਾਲ ਹੀ ਰੈਸਲ ਬਹੁਤ ਰੈਸਲ. ਕਈ ਵਾਰ ਮੈਨੂੰ ਡਾਊਟ ਹੋ ਜਾਂਦਾ ਸੀ ਕਿਤੇ ਇਹ ਤਾਂ ਨਹੀਂ ਮੇਰੇ ਨਾਲ ਕਰਨ ਵਾਲੇ, ਚੁੰਬਕ ਹੀ ਆ ਜਾਵੇ ਕਿਤੇ ਟੇਸ਼ਨ ਦੇ. ਨਹੀਂ ਬਹੁਤ ਵਧੀਆ ਲੱਗਿਆ ਵੀਰ, ਇੱਦਾਂ ਹੁੰਦਾ ਸੀ ਹਰ ਸਾਰੇ ਜਣੇ ਤੋਂ ਸਿੱਖਣ ਨੂੰ ਮਿਲਿਆ. ਯੋਗਰਾਜ ਜੀ ਸੀਗੇ, ਮੈਨੂੰ ਯਾਦ ਆ ਜਿੱਦਣ ਸਾਡਾ ਪਹਿਲਾ ਦਿਨ ਸੀਗਾ, ਉਹਨਾਂ ਨੂੰ ਹੁਣ ਨਿੱਕੇ ਨਿੱਕੇ ਹੁੰਦੇ ਦੇਖਦੇ ਆ, ਹੈ ਨਾ, ਇੱਕ ਤਾਂ ਉਹਨਾਂ ਦਾ ਰੋਹ ਪੂਰਾ ਹੋਇਆ, ਅਤੇ ਮੈਂ ਡਰ ਡਰ ਕੇ ਕਰਦਾ ਸੀ ਪਹਿਲੇ ਦਿਨ, ਅਤੇ ਫਿਰ ਉਹਨਾਂ ਨੇ ਮੈਨੂੰ ਬਿਠਾ ਲਿਆ ਸਾਈਡ 'ਤੇ, ਕਹਿੰਦੇ ਵੀ ਆਪਣਾ ਹੁਣ ਪਿਓ ਪੁੱਤ ਦਾ ਸਾਡਾ ਹੈਗਾ, ਮੇਰੇ ਫਾਦਰ ਸਾਹਿਬ ਦਾ ਰੋਲ ਕਰ ਰਿਹਾ, ਹੈ ਨਾ ਯੋਗ ਜੀ, ਉਹ ਲੱਗਣਾ ਚਾਹੀਦਾ. ਫਿਰ ਉਹਨਾਂ ਨੇ ਬੜਾ ਕੰਫਰਟ ਫੀਲ ਕਰਾਇਆ, ਕਈ ਚੀਜ਼ਾਂ ਮੈਨੂੰ ਲੱਗਦਾ ਸੀ ਕਹਿੰਦਾ ਵੀ ਇੱਦਾਂ ਤੁਸੀਂ ਆਹ ਇੱਦਾਂ ਕਰ ਸਕਦਾ, ਮੈਨੂੰ ਆਪ ਕਰ ਕਰਕੇ ਦੱਸ ਦੇ ਰਿਹਾ. ਪ੍ਰਿੰਸ ਬਾਈ, ਸੁਖਬੀਰ ਜੀ, ਸਾਰਿਆਂ ਤੋਂ ਬੜਾ ਕੁਛ ਸਿੱਖਣ ਨੂੰ ਮਿਲਿਆ. ਜਿੱਦਾਂ ਮੈਂ ਟ੍ਰੇਲਰ ਦੇਖਿਆ ਫਿਲਮ ਦਾ ਨਾ, ਉਹਦੇ ਵਿੱਚ ਭਾਜੀ ਤਾਂ ਪੂਰੀ ਐਨ ਦੇਸੀ ਜੱਟ, ਹੈ ਨਾ, ਤੇ ਤੁਸੀਂ ਇੱਕ ਹਾਈ ਪ੍ਰੋਫਾਈਲ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਨਾ, ਸੋ ਆਪਣੇ ਕਰੈਕਟਰ ਬਾਰੇ ਦੱਸੋ ਕਿ ਕਿੱਦਾਂ ਕਿੱਦਾਂ ਕਰੈਕਟਰ ਹੈ ਤੁਹਾਡਾ? ਜੀ ਮੇਰੇ ਕਰੈਕਟਰ ਦਾ ਨਾਂ ਜਿੰਨੀ ਆ, ਉਹ ਯੂਕੇ ਦੀ ਜੰਮੀ ਪਲੀ ਕੁੜੀ ਹੈ ਜਿਹੜੀ ਇੰਡੀਆ ਆਉਂਦੀ ਹੈ. ਬੇਸਿਕਲੀ ਉਹਦੀ ਇੱਕ ਡਿਸਟਰਬਡ ਫੈਮਿਲੀ ਹੈ, ਉਹਦੇ ਜਿਹੜੇ ਮਾਤਾ ਪਿਤਾ ਨੇ ਇਕੱਠੇ ਨਹੀਂ ਰਹਿੰਦੇ ਹੁਣ,
ਤੇ ਆਪਣੀ ਫੈਮਿਲੀ 'ਚ ਉਹਨੇ ਪਿਆਰ ਨਹੀਂ ਦੇਖਿਆ। ਉਹਦੇ ਜਿਹੜੇ ਫਾਦਰ ਜਿਹੜੇ ਸ਼ਵਿੰਦਰ ਮਾਲ ਜੀ ਮੇਰੇ ਫਾਦਰ ਦਾ ਰੋਲ ਕਰ ਰਹੇ ਨੇ, ਅਤੇ ਉਹ ਵੀ ਆਪਣੇ ਬਿਜ਼ਨਸ ਇੰਨਾ ਕੁ ਬਿਜ਼ੀ ਨੇ ਕਿ ਉਹ ਪਿਆਰ ਨਹੀਂ ਦੇ ਸਕ ਰਹੇ ਆਪਣੀ ਡਾਟਰ ਨੂੰ। ਅਤੇ ਜਿੰਨੀ ਫਿਰ ਆਉਂਦੀ ਹੈ ਪੰਜਾਬ, ਪੰਜਾਬ ਜਦੋਂ ਆਉਂਦੀ ਹੈ ਤਾਂ ਹੈਗੀ ਉਹ ਕੁੜੀ ਮਾਡਰਨ ਹੈ ਬਹੁਤ, ਸ਼ੁਰੂ ਵਿੱਚ ਤੁਸੀਂ ਦੇਖਿਆ ਹੋਣਾ ਉਹਦੇ ਮਾਡਰਨ ਅਟਾਇਰਸ ਨੇ ਸਾਰਾ ਕੁਛ, ਪਰ ਦਿਲ ਦੀ ਬਹੁਤ ਦੇਸੀ ਹੈ। ਉਹ ਪਿਆਰ ਭਾਲਦੀ ਹੈ ਜਿਹੜਾ ਉਹਨੂੰ ਨਹੀਂ ਮਿਲਿਆ ਅੱਜ ਤੱਕ ਆਪਣੀ ਫੈਮਿਲੀ 'ਚ। ਅਤੇ ਜਦੋਂ ਉਹ ਪੰਜਾਬ ਆਉਂਦੀ ਹੈ ਇੱਥੇ ਨਿੱਘਾਪਨ ਦੇਖ ਕੇ, ਰਿਸ਼ਤਿਆਂ ਦੀ ਇੰਨੀ ਅਹਿਮੀਅਤ ਦੇਖ ਕੇ, ਇੰਨਾ ਦੇਖਦੀ ਹੈ ਕਿ ਲੋਕ ਇੰਨੇ ਮੇਲ ਮਿਲਾਪ ਨਾਲ ਰਹਿੰਦੇ ਹੈ, ਉਹ ਇਸ ਚੀਜ਼ ਤੋਂ ਬੜਾ ਇੰਪ੍ਰੈਸ ਹੁੰਦੀਆਂ ਹੈ ਨਾ, ਫਿਰ ਉਹਦਾ ਜੀ ਵੀ ਨਹੀਂ ਕਰਦਾ ਯੂਕੇ ਜਾਣ ਦਾ। ਫਿਰ ਉਹ ਕਾਲਜ ਜਦੋਂ ਪੜ੍ਹਦੀ ਹੈ ਤਾਂ ਟੇਸ਼ਨ ਨੂੰ ਮਿਲਦੀ ਹੈ, ਅਤੇ ਸਾਰੇ ਫਿਰ ਉਹ ਟੇਸ਼ਨ ਵੈਸੇ ਹਫ਼ਤੇ ਕੁ ਲਈ ਗਿਆ ਹੁੰਦਾ ਚੰਡੀਗੜ੍ਹ, ਹੁਣ ਤਾਂ ਐਡ ਜੋਗੇ ਹੁੰਦੇ ਨੇ ਚੰਡੀਗੜ੍ਹ ਜਾਵੜੀਆਂ। ਹਾਂ, ਟੇਸ਼ਨ ਆਪਣੇ ਪਿੰਡੋਂ ਹਫ਼ਤੇ ਕੁ ਲਈ ਚੰਡੀਗੜ੍ਹ ਆਇਆ ਹੋਇਆ, ਅਤੇ ਉਹ ਯੂਨੀਵਰਸਿਟੀ 'ਚ ਮਿਲਦੀ ਹੈ ਕਾਲਜ ਵਿੱਚ ਟੇਸ਼ਨ ਨੂੰ, ਅਤੇ ਉਹ ਉੱਥੇ ਜਿਵੇਂ ਬਹੁਤ ਇੰਪ੍ਰੈਸ ਹੋ ਜਾਂਦੀ ਆ ਹੈ ਨਾ, ਉਹਦੇ ਸਾਰੇ ਨਹੀਂ ਸੁਣਾਉਂਦੇ। ਅਤੇ ਫਿਰ ਉਹਦੇ ਜਿਹੜੇ ਫਰੈਂਡਸ ਨੇ ਕਹਿੰਦੇ ਨੇ ਕਿ ਯਾਰ ਤੂੰ ਉੱਥੋਂ ਆਈ ਆ ਹੈ ਨਾ, ਟੇਸ਼ਨ ਇੱਕ ਦੇਸੀ ਸਿੱਧਾ ਸਿੱਧਾ ਹੁੰਦਾ ਠੀਕ ਹੈ ਇਹ, ਅਤੇ ਫਿਰ ਇੱਦਾਂ ਇੱਦਾਂ ਸਟੋਰੀ ਚੱਲਦੀ ਆ, ਫਿਰ ਵਿੱਚ ਟ੍ਰਾਂਸਫੋਰਮੇਸ਼ਨ ਵੀ ਹੋ ਜਾਏਗੀ ਹੈ ਨਾ, ਅਤੇ ਬਾਕੀ ਨਹੀਂ ਸੁਣਾਉਂਦੇ ਹਜੇ, ਬਾਕੀ ਤੁਸੀਂ 23 ਸਤੰਬਰ ਨੂੰ ਦੇਖਿਓ। ਬੜਾ ਵਧੀਆ ਕਰੈਕਟਰ ਹੈ, ਬੜਾ ਕਮਾਲ ਦਾ ਕਰੈਕਟਰ ਹੈ, ਜਿਵੇਂ ਹੀ ਸੋਚਿਆ ਸੀਗਾ ਉਵੇਂ ਕਰਕੇ ਇਹਨੇ ਕੀਤਾ। ਮੈਨੂੰ ਉੱਥੇ ਦੇਖਦੇ ਹੁੰਦੇ ਸੀ ਵੀ ਆਹ ਹਾਂ ਟੇਸ਼ਨ ਆ ਆਏ ਆਏ। ਇੱਕ ਹੁੰਦਾ ਤੁਹਾਡਾ ਆਲਾ ਦੁਆਲਾ, ਆਲੇ ਦੁਆਲੇ ਸਾਡੇ ਉੱਥੇ ਹੁੰਦੇ ਸੀਗੇ, ਸਾਡੇ ਬਾਈ ਦੇ ਨਾਲ ਵੀ ਹੁੰਦੇ ਮਿੱਤਰ ਬਹੁਤ ਵਧੀਆ, ਵਰੁਣ ਉਹਨੂੰ ਮੈਂ ਕਹਿੰਦਾ ਉਹਨਾਂ ਵਰੁਣ ਕਰੇ ਵਾ ਹਨਾ, ਅਮਰਤ ਹੁੰਦਾ ਸੀ ਸਾਡੇ ਨਾਲ ਹਨਾ, ਉਹ ਬਹਿ ਕੇ ਫਿਰ ਜਦੋਂ ਤੁਹਾਡੇ ਨਾਲ ਪੋਜ਼ਿਟਿਵ ਐਨਰਜੀਆਂ ਤੇ ਸਾਰਾ ਕੁਝ ਪੋਜ਼ਿਟਿਵ ਹੀ ਹਨਾ, ਸਾਰਿਆਂ ਦੀ ਅੱਡੋ ਅੱਡਾ ਪਹਿਲਾਂ ਮੈਂ, ਮੇਰੇ ਅਸਲ ਚ ਜ਼ੋਰ ਦੀ ਆਈ ਹੋਈ ਹੈ ਕਿਉਂਕਿ ਉਹ ਫਿਲਮ ਚੋਂ ਕੱਟਤੀ ਮੀਨ ਵੀ ਉਹ ਕੁਦਰਤੀ ਟਾਈਮ ਟੂ ਮੇਲਾ ਚੱਕਰ ਉਵੇਂ ਹੋਇਆ ਤੇ ਉਹ ਨਿਕਲ ਗਏ। ਉਹ ਇੱਕ ਹੈਗਾ ਵੀ ਦੋਨੇ ਜਣਿਆਂ ਦਾ ਬਹੁਤ ਚੱਕਰ ਚੱਲਦਾ, ਬੜੀਆਂ ਪ੍ਰੋਬਲਮਾਂ ਆਉਂਦੀਆਂ, ਐਂਡਿੰਗ ਤਾਂ ਹੈਪੀ ਹੁੰਦੀ ਹੈ, ਅਤੇ ਉਹ ਟੇਸ਼ਨ 'ਤੇ ਜਿੰਨੀ ਮਿਲ ਜਾਂਦੇ ਆ। ਅਤੇ ਮੇਰਾ ਕਰੈਕਟਰ ਹੈਗਾ ਵੀ ਦੋਸਤ ਹੈ ਇਹਦਾ, ਮੇਰਾ ਨਾਂ ਹੈਗਾ ਇਹਦੇ 'ਚ ਚੁੰਬਕ, ਚੁੰਬਕ ਹਾਂ ਚੁੰਬਕ, ਕੱਚਾ ਨਾਂ, ਹਾਂ ਕੱਚਾ ਨਾਂ ਵੀ ਐਵੇਂ ਰੱਖਿਆ ਵਾ ਹੁੰਦਾ, ਜਿਵੇਂ ਇਹਦਾ ਨਾਂ ਟੇਸ਼ਨ, ਮੇਰਾ ਨਾਂ ਚੁੰਬਕ। ਅਤੇ ਵੈਸੇ ਮੇਰਾ ਨਾਂ ਉਹਦੇ 'ਚ ਹੈਗਾ ਸੁਰੇਸ਼, ਅੱਛਾ ਹਾਂ ਸੁਰੇਸ਼, ਉਹ ਸੁਰੇਸ਼ ਜੱਟ, ਆਪਦੇ ਆਪ ਨੂੰ ਉਹ ਜੱਟ ਕਵਾਉਂਦਾ ਕਿਉਂਕਿ ਉਹਦਾ ਹੈ ਨਹੀਂ ਕੋਈ, ਅਤੇ ਉਹ ਇਹਨਾਂ ਦੇ ਟੇਸ਼ਨ ਕੇ ਘਰੇ ਜ਼ਿਆਦਾ ਰਿਹਾ ਕੀਤਾ, ਟੇਸ਼ਨ ਕੇ ਜੱਟ ਆ ਉਹਨੂੰ ਉਹ ਲੱਗਦਾ। ਉਹਦੇ 'ਚ ਫਿਰ ਇੱਕ ਉਹ ਕੱਟਿਆ ਗਿਆ, ਉਹਦੇ 'ਚ ਡਾਇਲੋਗ ਸੀ, ਦੋਨੇ ਜਣੇ ਖੜ੍ਹੇ, ਕਹਿੰਦਾ ਦੇਖਿਆ ਉਸਤਾਦ ਕਰਾ ਤਾ ਨਾ ਫਿਰ ਵਿਆਹ, ਐਵੇਂ ਨਹੀਂ ਮੈਨੂੰ ਕਹਿੰਦੇ ਸੁਰੇਸ਼ ਜੱਟ, ਕਹਿੰਦਾ ਸੁਰੇਸ਼ ਵੀ ਕਦੇ ਜੱਟ ਹੁੰਦੇ ਆ, ਅੱਗੋਂ ਬਾਈ ਦਾ ਕਹਿੰਦਾ ਸੁਰੇਸ਼ ਵੀ ਕਦੇ ਜੱਟ ਹੁੰਦੇ, ਕਹਿੰਦਾ 25 ਸਾਲ ਹੋ ਗਏ ਜੱਟਾਂ ਦੀਆਂ ਮੱਝਾਂ ਦਾ ਦੁੱਧ ਪੀਂਦੇ ਨੂੰ। ਮੈਂ ਕਿਹਾ ਦੁੱਧ ਤਾਂ ਵਰੁਣ ਵੀ ਮੱਝ ਜੱਟਾਂ ਦਾ ਹੀ ਪੀਂਦਾ, ਹੁਣ ਵਰੁਣ ਗਰੇਵਾਲ ਥੋੜ੍ਹੀ ਹੋ ਗਿਆ, ਵਰੁਣ ਤਾਂ ਫਿਰ ਸ਼ਰਮਾ ਹੀ ਹੈ ਵੀ ਉਹ ਗਰੇਵਾਲ ਥੋੜ੍ਹੀ ਬਣ ਗਿਆ, ਵੀ ਜੱਟਾਂ ਦਾ ਦੁੱਧ ਪੀ ਲਿਆ ਹੁਣ ਜੱਟ ਥੋੜ੍ਹੀ ਹੋ ਗਿਆ। ਬਿਲਕੁਲ ਬਿਲਕੁਲ, ਕੀ ਬਾਤ ਹੈ। ਕਹਿੰਦਾ ਨਾਲੇ ਤੁਸੀਂ ਸਾਈਕਲ ਪਿੱਛੇ ਲਿਖਾਉਣ ਜੋਗੇ ਹੋ ਸੁਰੇਸ਼ ਜੱਟ, ਬਸ ਸਾਈਕਲ ਦੇ ਚੈਨ ਕਵਰ 'ਤੇ ਹੀ ਲਿਖਾਉਣ ਜੋਗੇ ਆ ਸੁਰੇਸ਼ ਜੱਟ, ਪਰ ਹੈ ਨਹੀਂ। ਕੀ ਬਾਤ ਹੈ। ਤੇ ਤੁਹਾਡੀ ਕੋਈ ਇਦਾਂ ਦੀ ਮੂਵਮੈਂਟ? ਮੈਨੂੰ ਜੀ, ਮੈਂ ਅਸਲ 'ਚ ਦੱਸਾਂ ਤਾਂ ਮੈਨੂੰ ਤਾਂ ਹਰ ਦਿਨ ਹੀ ਮੇਰਾ ਸਪੈਸ਼ਲ ਹੁੰਦਾ ਸੀਗਾ, ਹਰ ਦਿਨ ਕੁਛ ਨਾ ਕੁਛ ਵਧੀਆ ਲੱਗਦਾ ਸੀ, ਕੋਈ ਵੀ ਸੀਨ ਹੋਣਾ ਮੈਨੂੰ ਇੰਜੋਏ ਕਰਦੀ ਸੀ। ਬਾਕੀ ਜੋ ਛੋਟੇ ਮੋਟੇ ਅਸੀਂ ਨਾ ਐਂਡ ਵਿੱਚ ਸੈਲੀਬ੍ਰੇਸ਼ਨਸ ਕਰਦੇ ਹੁੰਦੇ ਸੀ, ਜਿਵੇਂ ਹੋਲੀ ਵਾਲੇ ਦਿਨ ਸਾਰੇ ਇਕੱਠੇ ਹੋਏ, ਅਸੀਂ ਸੈੱਟ 'ਤੇ ਹੋਲੀ ਖੇਡੀ, ਉਸ ਤੋਂ ਬਾਅਦ ਪਾਰਟੀ ਕੀਤੀ, ਸੋ ਉਹ ਮਾਹੌਲ ਬਹੁਤ ਪਸੰਦ ਸੀ ਮੈਨੂੰ ਓਵਰਆਲ, ਸ਼ੂਟਿੰਗ ਦੀ ਸਟਾਰਟਿੰਗ ਤੋਂ ਐਂਡ ਤੱਕ। ਬਈ ਆਪਾਂ ਇੱਦਾਂ ਹੀ ਗੱਲਾਂ ਜਾਰੀ ਰੱਖਣੀਆਂ ਨੇ, ਵਿਹਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਤੇ ਬਾਈ, ਜਿੱਦਾਂ ਟੇਸ਼ਨ ਨਾਮ ਫਿਲਮ ਦਾ ਵੀ ਹੈ, ਤੇ ਤੁਹਾਡਾ ਫਿਲਮ 'ਚ ਕਰੈਕਟਰ ਵੀ ਟੇਸ਼ਨ ਹੈ, ਹਾਂਜੀ, ਸੋ ਤੁਹਾਡਾ ਨਾਮ ਟੇਸ਼ਨ ਕਿੱਦਾਂ ਪਿਆ? ਟੇਸ਼ਨ ਬਾਈ ਹੁਣਾਂ ਨੇ ਰੱਖਿਆ ਜੀ ਮੇਰਾ ਨਾਮ ਫਿਲਮ ਦੇ ਵਿੱਚ, ਵੈਸੇ ਜਿਨ੍ਹਾਂ ਨੇ ਨਾਮਕਰਨ ਕੀਤਾ ਉਹਨਾਂ ਤੋਂ ਪੁੱਛਦੇ ਹਾਂ। ਅਸਲ 'ਚ ਜਿਹੜੀ ਆਪਣੀ ਸਕ੍ਰਿਪਟ ਹੈ, ਜਿਹੜੀ ਕਹਾਣੀ ਹੈ, ਉਹ ਟੇਸ਼ਨ ਹੀਰੋ ਦਾ ਨਾਂ ਉਹਦੇ 'ਚ ਟੇਸ਼ਨ ਹੈ, ਹਾਂਜੀ, ਔਰ ਉਹ ਪਿਆ ਕਿਵੇਂ ਵੀ ਜਿਹੜੇ ਦਿਨ ਉਹ ਜੰਮਿਆ ਉਹ ਉਸ ਦਿਨ ਪਿੰਡ ਤੋਂ 2-4 ਕਿਲੋਮੀਟਰ ਪਾਸੇ ਸਟੇਸ਼ਨ ਦਾ ਮੂਹਰਤ ਹੋਇਆ ਸੀਗਾ, ਤੇ ਚੌਂਕੀਦਾਰ ਉਦੋਂ ਵਹੀ ਦੇ ਵਿੱਚ ਨਾਂ ਲਿਖ ਲੈਂਦੇ ਸੀ, ਇਹ ਸਰਹੱਦੀ ਪਿੰਡਾਂ ਦੀ ਗੱਲ ਹੈ, ਚੌਂਕੀਦਾਰ ਨੇ ਵਹੀ ਦੇ ਵਿੱਚ ਯਾਦ ਰੱਖਣ ਲਈ, ਹਜੇ ਮੁੰਡੇ ਦਾ ਨਾਂ ਤਾਂ ਰੱਖਿਆ ਨਹੀਂ ਸੀ, ਉਹ ਯਾਦ ਰੱਖਣ ਲਈ ਵੀ ਯਾਰ ਹਾਂ ਜਿਹੜੇ ਦਿਨ ਟੇਸ਼ਨ ਦਾ ਮੂਹਰਤ ਹੋਇਆ ਸੀ ਉਸ ਦਿਨ ਜੰਮਿਆ ਵੀ ਟੇਸ਼ਨ ਲਿਖਤਾ ਉੱਥੇ, ਅੱਛਾ, ਤੇ ਉਹਦਾ ਨਾਂ ਪੱਕ ਗਿਆ ਟੇਸ਼ਨ। ਟੇਸ਼ਨ
ਬਿਲਕੁਲ ਮੈਂ ਵੀ ਆਪਣੇ ਦਾਦੀ ਤੋਂ ਸਵਾਲ ਕੀਤਾ, ਮੇਰੇ ਦਾਦੇ ਦਾ ਨਾਂ ਸੋਹਣ ਸਿੰਘ ਹੈ, ਮੈਂ ਕਿਹਾ ਕਹਿੰਦੇ ਏਦਾਂ ਹੀ ਜਿੱਦਾਂ ਜਿੱਦਾਂ ਜਿਹੜਾ ਵੀ ਮਿਲ ਗਿਆ ਨਾਮ ਹੈ ਨਾ ਉਸ ਵੇਲੇ ਦਿਲ ਚ ਆਇਆ ਔਨ ਦਿਸ ਸਪੌਟ ਤਾਂ ਬੜੇ ਮੇਰੇ ਮਿੱਤਰ ਆਪਣਾ ਨਾਮ ਬਾਬਾ ਹੋ ਜਾਣੇ ਮੈਨੂੰ ਲੱਗਦਾ ਬਾਬਾ ਖੜਕਾ ਇੱਕ ਉਹ ਦੋਨੇ ਭਰਾ ਨੇ ਚੜ੍ਹਤ ਮੇਰੇ ਨਾਲ ਪੜ੍ਹਦਾ ਰਿਹਾ, ਇੱਕ ਮੇਰਾ ਮਿੱਤਰ ਆਸਟ੍ਰੇਲੀਆ ਤੋਂ ਖੜਕਾ ਉਹਦਾ ਨਾਂ ਖੜਕ ਸਿੰਘ ਮੇਹਨਤ ਕਰਦਾ ਜਿੰਨੀ ਇਹਦੇ ਚ ਕੀਤੀ ਸੀ, ਕਿਉਂਕਿ ਗਾਣੇ ਹੈਗੇ ਆ ਅਲੱਗ, ਇਹ ਕਦੇ ਵਿਸ਼ੇ ਅਲੱਗ ਹੋ ਸਕਦੇ ਆ ਪਰ ਵਿਸ਼ੇ ਤੇ ਮੇਹਨਤ ਹੋ ਸਕਦੀ ਹੈ, ਪਰ ਇਹ ਨੀ ਹੋ ਸਕਦਾ ਮੇਰੀ ਫਿਲਮਾਂ ਤੇ ਗਾਣੇ ਹੋਰ ਵਧੀਆ ਹੋਣਗੇ ਹੈ ਨਾ, ਹਰ ਵਾਰੀ ਵਧੀਆ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਟੇਸ਼ਨ 'ਚ ਵੀ ਇੱਦਾਂ ਹੀ ਕੀਤੀ ਹੈ, ਕੈਮੀ ਵਿਰਕਵੀਰ ਦੇ ਟੱਪੇ ਆ, ਐਮੀ ਬਾਈ ਨੇ ਗਾਇਆ ਅਤੇ ਗੁਰਲੇਜ਼ ਅਖਤਰ ਨਾਲ ਡਿਊਟ ਆ ਉਹਨਾਂ ਦਾ, ਉਹ ਰੰਗ ਬੜਾ ਵਧੀਆ ਲੱਗਦਾ ਮੈਨੂੰ, ਡਿਫਰੈਂਟ ਆ ਥੋੜ੍ਹਾ ਜਿਹਾ। ਜਿਵੇਂ ਅਸੀਂ ਅੰਗਰੇਜ਼ 'ਚ ਟੱਪੇ ਸੀਗੇ, ਮੈਂ ਲਿਖੇ ਸੀਗੇ ਉਹ ਦੋ ਕੁੜੀਆਂ ਰਕੀਬ ਦੀਆਂ ਅੱਖਾਂ ਲਾ ਕੇ ਤੋੜੀ ਨਾ ਜੀ ਕਦੇ ਯਾਰੀਆਂ ਗਰੀਬ ਦੀਆਂ, ਉਹ ਇੱਕ ਅਲੱਗ ਸਟਾਈਲ ਸੀ, ਇਹ ਅਲੱਗ ਸਟਾਈਲ ਆ। ਹੂੰ ਹਾਲਵੇ ਝਾਤ ਕੰਪਨੀ 'ਚ ਹੀ ਛੇੜਦੀ, ਤੇਰੇ ਕਰਕੇ ਮੈਂ ਗਲੀ ਵਿੱਚੋਂ ਲੰਘਾ ਸੋਹਣੀ, ਤੂੰ ਸਾਨੂੰ ਵੇਖ ਬੂਹ, ਉਹ ਇੱਕ ਰੰਗ ਉਹਦਾ ਵੱਖਰਾ ਕਹਿੰਦਾ ਹਾਂ ਹੂੰ ਹਾਲਵੇ ਚਾਤ ਕੰਬਣੀ ਜੀ ਛੇੜਦੀ, ਉਹ ਤੇਰੇ ਕਰਕੇ ਮੈਂ ਗਲੀ ਵਿੱਚੋਂ ਲੰਘਾ ਸੋਹਣੀਏ, ਤੂੰ ਸਾਨੂੰ ਵੇਖ ਬੂਹੇ ਪੇੜਦੀ। ਮੇਰਾ ਪਰਸਨਲ ਫੇਵਰਟ ਹੈ ਹੈਪੀ ਹੈਪੀ, ਰੋਮਾਂਟਿਕ ਉਹਦੀ ਵੀਡੀਓ ਵੀ ਮੈਨੂੰ ਬਹੁਤ ਸੋਹਣੀ ਲੱਗਦੀ, ਉਹਦਾ ਆਡੀਓ ਵੀ ਬਹੁਤ ਸੋਹਣਾ ਲੱਗਦਾ, ਹੈਪੀ ਹੈਪੀ ਮੇਰਾ ਫੇਵਰਟ। ਤੇ ਇੰਟਰਸਟਿੰਗ ਗੱਲਾਂ ਇਦਾਂ ਹੀ ਚੱਲਦੀਆਂ ਰਹਿਣੀਆਂ। ਹੁਣ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਵਾਰੀ ਫਿਰ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ, ਅਤੇ ਅਸੀਂ ਗੱਲ ਕਰ ਰਹੇ ਹਾਂ ਟੇਸ਼ਨ ਦੀ ਸਟਾਰਕਾਸਟ ਦੇ ਨਾਲ। ਭਾਅ ਜੀ ਜਿੱਦਾਂ ਤੁਹਾਡੇ ਜਿੰਨੇ ਵੀ ਸੌਂਗ ਨੇ ਆਲਮੋਸਟ ਮਿਊਜ਼ਿਕ ਲਾਡੀ ਗਿੱਲ ਜੀ ਨੇ ਦਿੱਤਾ, ਸੋ ਇਸ ਫਿਲਮ ਦੇ ਜਿਹੜੇ ਸੌਂਗ ਨੇ ਉਹਦਾ ਵਿੱਚ ਉਹਨਾਂ ਵਿੱਚ ਵੀ ਉਹਨਾਂ ਨੇ ਹੀ ਮਿਊਜ਼ਿਕ ਦਿੱਤਾ। ਹਾਂਜੀ ਹਾਂ, ਸਾਰਾ ਮਿਊਜ਼ਿਕ ਲਾਡੀ ਗਿੱਲ ਵੀਰ ਨੇ ਕੀਤਾ ਜੀ, ਅਸੀਂ ਸ਼ੁਰੂ ਤੋਂ ਇਕੱਠੇ ਹਾਂ, ਜਾਨ ਗਾਣੇ ਤੋਂ ਲੈ ਕੇ ਜਾਨ ਗਾਣੇ ਦਾ, ਫਿਰ ਸੱਤ ਕਨਾਲਾ ਸਾਰੀ ਐਲਬਮ, ਹੁਣ ਪਹਿਲੀ ਫਿਲਮ ਟੇਸ਼ਨ, ਇਹਦਾ ਵੀ ਲਾਡੀ ਵੀਰ ਨੇ ਕੀਤਾ। ਕੀ ਸੋਚਿਆ ਕਿਸੇ ਉਹਨੂੰ ਮੌਕਾ ਹੀ ਨਹੀਂ ਦੇਣਾ? ਨਹੀਂ ਮੌਕਾ ਨਹੀਂ, ਇੱਕ ਸਾਡਾ ਪਿਆਰਾ ਵੀ ਸ਼ੁਰੂ ਤੋਂ, ਜਦੋਂ ਆਪਾਂ ਜ਼ੀਰੋ ਤੋਂ ਸਟਾਰਟ ਹੁੰਦੇ ਹਾਂ ਫਿਰ ਜਿਹੜੇ ਉਦੋਂ ਨਾਲ ਨੇ ਉਹ ਫਿਰ ਚੰਗਾ ਲੱਗਦਾ ਜੀ, ਫਿਰ ਤਾਂ ਹੀ ਲਾਡੀ ਵੀਰੇ ਕਰਦਾ, ਬਾਕੀ ਮੈਨੂੰ ਲੋੜ ਨਹੀਂ ਕੋਈ ਜ਼ਿਆਦਾ ਕਰਨ ਦੀ। ਇੱਕ ਗਾਣਾ ਕੀਤਾ ਸੀ ਹੁਣ ਮਿਲਿੰਦ ਨਾਲ, ਮੈਂ ਮਿਲਿੰਦ ਗਾਬੇ ਵੀਰ ਨੇ ਕੀਤਾ ਸੀਗਾ ਮੇਰਾ, ਮੈਂ ਤਾਂ ਵੀ ਪਿਆਰ ਕਰਦਾ, ਪਰ ਜਿਹੜਾ ਮੇਰਾ ਮੈਨੂੰ ਲੱਗਦਾ ਜਿਹੜਾ ਮੇਰਾ ਅਸਲ ਟੇਸਟ ਆ ਉਹ ਲਾਡੀ ਬਹੁਤ ਵਧੀਆ ਕਰਦੇ। ਕਿਆ ਬਾਤ, ਮਤਲਬ ਉਹਨਾਂ ਨਾਲ ਜੋ ਪਿਆਰ ਬਣਿਆ, ਬਹੁਤ ਬਹੁਤ ਵਧੀਆ ਕਰਦਾ, ਬਹੁਤ ਵਧੀਆ ਮਿਊਜ਼ਿਕ ਕੀਤਾ ਸਾਰੀ ਫਿਲਮ ਦਾ ਜੀ, ਸਾਰੇ ਗਾਣੇ ਨੂੰ ਲੋਕ ਪਿਆਰ ਦੇ ਰਹੇ ਨੇ। ਕਿਆ ਬਾਤ ਹੈ, ਜਿੱਦਾਂ ਕਿ ਆਪਾਂ ਸਾਰੀਆਂ ਗੱਲਾਂ ਕਰ ਲਈਆਂ ਹੈ ਨਾ, ਮਿਊਜ਼ਿਕ ਦੀ ਗੱਲ ਕਰ ਲਈ ਆ, ਸਕ੍ਰਿਪਟ ਦੀ ਗੱਲ ਕਰ ਲਈ ਆ, ਕਾਸਟਿੰਗ ਬਾਰੇ ਗੱਲ ਕਰ ਲਈ ਹੈ ਨਾ, ਸਾਰੀਆਂ ਪਰਫੈਕਟ ਨੇ, ਸੋ ਇਸ ਚੀਜ਼ ਨੂੰ ਦਰਸਾਉਣਾ ਵੀ ਇੱਕ ਕਲਾ ਆ ਹੈ ਨਾ। ਬਿਲਕੁਲ, ਜਿੱਦਾਂ ਕਿ ਸੁਖਬੀਰ ਜੀ ਨੇ ਕੀਤਾ ਇਹਦੇ ਵਿੱਚ ਹੈ ਨਾ, ਸੋ ਉਹਨਾਂ ਨੇ ਡਾਇਰੈਕਟ ਕੀਤਾ, ਸੋ ਉਹਨਾਂ ਨੇ ਕਿਸ ਹੱਦ ਤੱਕ ਸੈਟੀਸਫਾਈ ਕੀਤਾ ਤੁਹਾਨੂੰ, ਔਰ ਕਿਸ ਹੱਦ ਤੱਕ ਤੁਹਾਨੂੰ ਲੱਗਦਾ ਕਿੱਦਾਂ ਦਾ ਲੱਗਾ ਉਹਨਾਂ ਨਾਲ ਕੰਮ ਕਰਕੇ? ਅਸਲ 'ਚ ਇਹ ਗੱਲ ਉਦੋਂ ਔਖੀ ਲੱਗਦੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਪਹਿਲੀ ਵਾਰੀ ਮਿਲਦੇ ਹਾਂ ਵੀ ਉਹ ਕੀ ਤੁਹਾਡਾ ਟੇਸਟ ਫੜਦਾ। ਮੈਂ ਪਿੱਛੇ ਜੇ ਹੰਡਾਈ ਹੈ, ਜ਼ਰੂਰੀ ਨਹੀਂ ਵੀ ਤੁਹਾਡੀ ਟੇਸਟ ਦੀਆਂ ਸਾਰੀਆਂ ਸਕ੍ਰਿਪਟਾਂ ਹਰ ਬੰਦੇ ਹੀ ਕਰ ਸਕਦਾ, ਅਤੇ ਪਿੱਛੇ ਜੇ ਮੈਂ ਹੰਡਾਈ ਵੀ ਹੈ ਇਹ ਗੱਲ ਵੀ ਨਹੀਂ ਕਿਸੇ ਦੇ ਹਿਸਾਬ 'ਚ ਆਈ। ਸੁਖਵੀਰ ਜੀ ਮੇਰੇ 88 ਦੇ ਦੋਸਤ ਹੈ ਅਸਲ 'ਚ, ਅਸੀਂ ਕਲਾਸਮੇਟ ਹੈ, ਔਰ ਰਾਗ ਭਰੇ ਆਉਂਦੀ ਹੁੰਦੀ ਹੈ ਜਦੋਂ ਕਿਤੇ ਗੱਲ ਕਰਦੇ। ਉਹਨਾਂ ਨੂੰ ਮੇਰੇ ਬਾਰੇ ਇੰਨਾ ਇੰਨਾ ਪਤਾ ਅਤੇ ਮੈਨੂੰ ਉਹਨਾਂ ਬਾਰੇ ਇੰਨਾ ਇੰਨਾ ਪਤਾ, ਮੈਨੂੰ ਫੇਥ ਹੀ ਆ। ਪਹਿਲਾਂ ਉਹਨਾਂ ਨੇ ਲੈਦਰ ਲਾਈਫ ਕੀਤੀ ਸੀਗੀ ਅਤੇ ਅਸੀਂ ਸ਼ੁਰੂ ਤੋਂ ਹੀ ਲੱਗੇ ਹੋਏ ਹਾਂ। 92 ਦੇ ਵਿੱਚ ਤਾਂ 92 'ਚ ਅਸੀਂ ਟਰੋਲੀ ਅਤੇ ਕਰੇਨ ਆਪਦੀ ਬਣਾ ਲਈ ਸੀ, ਮੈਨੂੰ ਲੱਗਦਾ ਅਸੀਂ ਉਦੋਂ 8ਵੀਂ ਕਿ 9ਵੀਂ 'ਚ ਹੀ ਸੀਗੇ, ਅਸੀਂ ਬਣਾ ਲਈ ਸੀ ਆਪਦੀ ਲਹਿਰੇ VCR ਅਤੇ ਲਹਿਰੇ ਇੱਕ ਕੈਸੇਟ ਆਉਂਦੀ ਹੁੰਦੀ ਸੀ, ਉਹ 5-5-6-6 ਰੁਪਈਏ ਪਾ ਕੇ ਅਸੀਂ ਚਲਾਉਣੀ, ਉਹਨੂੰ ਪੌਜ਼ ਕਰਕੇ ਇਹਨਾਂ ਨੇ ਸਕੈਚ ਬਣਾਇਆ ਕਰਨਾ ਉਹਦਾ। ਕਿਆ ਬਾਤ ਹੈ, ਉਹ ਸਾਰਾ ਕੁਛ ਉਦੋਂ ਵੀ ਪੁਰਾਣੇ ਉਵੇਂ ਚੱਲਿਆ ਸੀ। ਸਕ੍ਰਿਪਟ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਮੈਨੂੰ, ਅੱਛਾ ਵੈਸੇ ਵੀ ਮੈਨੂੰ ਕਹਿੰਦੇ ਵੀ ਤੁਸੀਂ ਲਿਖ ਲਈ, ਮੈਂ ਕਿਹਾ ਹੁਣ, ਕਹਿੰਦੇ ਮੈਂ ਹੱਥ ਨਾਲ ਲਿਖੂੰਗਾ।
ਔਰ ਇਹ ਸਕ੍ਰਿਪਟ ਦਾ ਜਿਹੜਾ ਸੈਕਿੰਡ ਡਰਾਫਟ ਆ ਬਾਈ ਵੀ ਹੁੰਦੇ ਸੀਗੇ ਕੋਲੇ ਸਾਡੇ, ਉਹ ਮੈਂ ਬੋਲਦਾ ਸੀ ਲੈਪਟੋਪ ਤੋਂ ਪੜ੍ਹ ਕੇ, ਉਹ ਹੱਥ ਨਾਲ ਲਿਖਦੇ ਹੁੰਦੇ ਸੀ ਵੀ ਇੱਕ ਇੱਕ ਚੀਜ਼ ਮੇਰੇ ਵੜ ਜੇ ਦਿਮਾਗ 'ਚ। ਉਹ ਮਿਹਨਤੀ ਬੰਦਾ, ਘੈਂਟ ਬੰਦਾ, ਉਹ ਹਰ ਹਰ ਕੰਮ 'ਚ ਹੀ ਉਹਦਾ ਉਹ, ਉਹਨੂੰ ਐਡੀਟਿੰਗ ਵੀ ਆਉਂਦੀ ਆ, ਉਹਨੂੰ ਐਵਰੀਥਿੰਗ ਸਾਰੇ ਮਲਟੀ ਟੈਲੈਂਟਡ ਨੇ ਨਾ, ਔਰ ਉਹਨਾਂ ਨੇ ਬੜਾ ਵਧੀਆ। ਬੜਾ ਤੁਸੀਂ ਤਾਂ ਫਰਸਟ ਟਾਈਮ ਉਹਨਾਂ ਨਾਲ ਕੰਮ ਕੀਤਾ, ਹਾਂਜੀ, ਸੋ ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਜੀ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਇੱਕ ਤਾਂ ਬਹੁਤ ਪੋਜ਼ਿਟਿਵ ਡਾਇਰੈਕਟਰ ਨੇ, ਐਂਡ ਉਹਨਾਂ ਦੀ ਇੱਕ ਬਹੁਤ ਖਾਸੀਅਤ ਮੈਨੂੰ ਲੱਗਦੀ ਹੈ ਕਿ ਫਰੀਡਮ ਬਹੁਤ ਦਿੰਦੇ ਨੇ ਆਰਟਿਸਟ ਨੂੰ। ਇੱਕ ਵਾਰ ਸੀਨ ਸਮਝਾਤਾ, ਫਿਰ ਆਰਟਿਸਟ ਨੂੰ ਵੀ ਇੱਕ ਫਰੀਡਮ ਦਿੰਦੇ ਨੇ ਕਿ ਜੀ ਤੁਸੀਂ ਕਿੱਦਾਂ ਇਸ ਸੀਨ ਨੂੰ ਕਰਨਾ ਚਾਹੁੰਦੇ ਹੋ, ਫਿਰ ਬਾਅਦ 'ਚ ਦੱਸਦੇ ਨੇ ਕਿ ਇਹਨੂੰ ਇੱਦਾਂ ਕਰ ਸਕਦੇ ਹੋ। ਬਾਕੀ ਬੜੇ ਪੋਜ਼ਿਟਿਵ ਨੇ, ਬੜੇ ਆਪਟੀਮਿਸਟਿਕ ਨੇ, ਬੜੇ ਖੁਸ਼ ਮਿਜ਼ਾਜ਼ ਨੇਚਰ ਹੈ ਉਹਨਾਂ ਦਾ, ਬੜੇ ਕੂਲ ਰਹਿੰਦੇ, ਕੂਲ ਰਹਿੰਦੇ ਨੇ। ਤੇ ਭਾਈ ਕੋਈ ਤੁਹਾਡਾ ਦੋਨਾਂ ਦਾ ਕੋਈ ਸੀਨ ਔਨ ਸਕਰੀਨ ਸੀਨ ਕੋਈ ਇਦਾਂ ਦਾ ਹੋਵੇ ਜਿਹੜਾ ਯਾਦਗਾਰ ਹੋਵੇ? ਸਾਡੇ ਤਕਰੀਬਨ ਸਾਰੇ ਯਾਦਗਾਰ, ਪਰ ਸਪੈਸ਼ਲ ਸੁਣਾਓ ਜਿਹੜਾ ਹੋ ਟਿੱਬੇ ਵਾਲਾ ਹੈ ਨਾ ਸਾਡਾ। ਹੁਣ ਜਿਹੜਾ ਫਿਲਮ ਦੇ ਵਿੱਚ ਪਿੰਡ ਆ ਨਾ, ਉੱਥੇ ਨੈਟਵਰਕ ਬਹੁਤ ਘੱਟ ਆਉਂਦਾ। ਪਹਿਲੀ ਤਾਂ ਗੱਲ, ਉੱਥੇ ਰੇਂਜ ਆਉਂਦੀ ਨਹੀਂ, ਤੇ ਮੈਨੂੰ ਜਿੰਨੀ ਫੋਨ ਦੇ ਜਾਂਦੀ ਆਈਫੋਨ, ਉਹ ਵੀ ਆਈਫੋਨ ਆਈਫੋਨ ਪਿੰਡ ਵਿੱਚ, ਪਿੰਡ 'ਚ ਆ ਕੇ ਕਹਿੰਦੇ ਮੈਂ ਕਿਹਾ ਇੱਥੇ ਹੀ ਕਰਨਾ, ਰੇਂਜ ਤਾਂ ਆਉਂਦੀ ਨਹੀਂ। ਕਹਿੰਦੀ ਜਿੱਥੇ ਆ ਜਾ ਕਰੋ ਉੱਥੇ ਲਾ ਲਿਆ ਕਰੀ ਕਦੇ, ਅਤੇ ਰੇਂਜ ਆਉਂਦੀ ਹੈ ਟਿੱਬੇ 'ਤੇ। ਅੱਛਾ, ਟਿੱਬਾ ਸੀਗਾ ਮੈਨੂੰ ਲੱਗਦਾ 30-40 ਫੁੱਟ ਹੋਣਾ ਉੱਚਾ, ਅਤੇ ਉਹ ਟਿੱਬੇ 'ਤੇ ਚੜ੍ਹ ਕੇ ਫੋਨ ਲਾਉਂਦਾ। ਜਦੋਂ ਤੁਸੀਂ ਦੇਖਿਆ ਹੋਣਾ ਸੀਨ ਵੀ, ਉਹ ਕਹਿੰਦਾ ਇਹ ਜ਼ਰੂਰੀ ਨਹੀਂ ਹੁੰਦਾ ਯਾਰ, ਹਰੇਕ ਵਾਰੀ ਪਾਰੀ ਲਾ ਦਿੰਦਾ, ਉਹ ਟਿੱਬੇ 'ਤੇ ਕੱਢ ਕੇ ਗੱਲ ਕਰ ਦਿੰਦਾ ਇਹ ਥੱਲੇ ਬੈਠਾ ਪਾਈ ਹੈ ਨਾ। ਉਹ ਉੱਦਣ ਕੀ ਆ, ਬਦਕਿਸਮਤੀ ਆ ਲਾ ਲਓ, ਉੱਦਣ ਟਿੱਬੇ 'ਤੇ ਵੀ ਰੇਂਜ ਨਹੀਂ ਆ ਰਹੀ। ਅੱਛਾ, ਅਤੇ ਕਹਿੰਦੇ ਹੁਣ ਕੀ ਹੱਲ ਕਰੀਏ? ਕਹਿੰਦਾ ਵੀ ਤੂੰ ਖੜ੍ਹ, ਤੇਰੇ ਮੋਢਿਆਂ 'ਤੇ ਚੜ੍ਹ ਕੇ ਫੋਨ ਲਾਉਣਾ। ਹੁਣ ਮੋਢਿਆਂ 'ਤੇ ਚੜ੍ਹ ਗਿਆ ਬਾਈ ਉੱਥੇ। ਮੈਂ ਤਾਂ ਉਹ ਸੀਨ ਕਰਕੇ ਰਾਜ਼ੀ ਨਹੀਂ ਸੀ, ਮੈਨੂੰ ਡਰ ਬਹੁਤ ਲੱਗਦਾ ਸੀ, ਕਿਉਂਕਿ ਜਮ੍ਹਾਂ ਕੋਰਨਰ 'ਤੇ ਸੀ ਉਹ ਫਰੇਮ, ਉਸ ਹਿਸਾਬ ਨਾਲ ਬਣਦਾ ਸੀ ਉਹਨਾਂ ਦਾ, ਅਤੇ ਥੱਲੇ ਖਾਈ ਸੀ, ਹੈ ਨਾ। ਓਰਿਜਨਲ ਕੀਤਾ ਬਾਈ ਅਸੀਂ, ਜੈਨੂਅਨ ਸ਼ੂਟ ਕੀਤਾ, ਅਤੇ ਹੁਣ ਉਹ ਫੋਨ ਚੜ੍ਹਾ ਮੋਢੇ 'ਤੇ, ਅਤੇ ਬਾਈ ਮਾੜਾ ਨੀਵਾਂ ਹੋ ਜਾਂਦਾ, ਉਹ ਰੇਂਜ ਕੱਢੀ, ਕਹਿੰਦਾ ਅੱਡੀਆਂ ਚੱਕ ਅੱਡੀਆਂ, ਹੈ ਨਾ। ਉਹ ਫਿਰ ਥੱਲੇ ਕਹਿੰਦਾ ਅੱਡੀਆਂ 'ਚ, ਫਿਰ ਉੱਥੋਂ ਡਿੱਗਦੇ ਆ, ਫਿਰ ਉੱਥੋਂ ਡਿੱਗੇ ਅਸੀਂ, ਡਿੱਗ ਕੇ ਪਰ ਡਿੱਗੇ ਇਧਰਲੀ ਸਾਈਡ ਖਾਈ ਜਾਂਦੀ। ਭਾਜੀ ਇੱਕ ਮੇਰਾ ਸਵਾਲ ਹੋਰ ਹੈ ਆਡੀਅੰਸ ਵੱਲੋਂ, ਸਿੱਧਾ ਸਵਾਲ, ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਫਿਲਮ ਦੇਖਣ ਜਾਣੀ ਆ, ਤੇ ਉਹ ਤੁਹਾਨੂੰ ਪਸੰਦ ਲੱਗੂ, ਕਿਉਂਕਿ ਪਸੰਦ ਆਊਗੀ ਕਿਉਂਕਿ ਉਹ ਤੁਹਾਡੇ ਆਪਣੇ ਵਰਗੀ ਫਿਲਮ ਆ। ਹਮੇਸ਼ਾ ਹੀ ਆਪਾਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ ਕਿ ਸ਼ਹਿਰੀਕਰਨ ਬਹੁਤ ਹੋ ਗਿਆ ਸੀ, ਹੈ ਨਾ। ਜੇ ਆਪਾਂ ਚਾਹੁੰਦੇ ਹਾਂ ਕਿ ਵਧੀਆ ਫਿਲਮਾਂ ਬਣਨ, ਆਪਣੇ ਪਿੰਡ ਦੀਆਂ ਗੱਲਾਂ ਕਰਨ, ਆਪਣੇ ਕਲਚਰ ਦੀਆਂ ਗੱਲਾਂ ਕਰਨ, ਹੈ ਨਾ, ਆਪਣੇ ਰਿਸ਼ਤਿਆਂ ਦੀਆਂ ਗੱਲਾਂ ਕਰਨ, ਤਾਂ ਉਹ ਫਿਲਮ ਤੁਹਾਨੂੰ ਪਸੰਦ ਆਊਗੀ। ਤਾਂ ਉਹ ਸਾਰਾ ਕੁਝ ਸਾਡੀ ਫਿਲਮ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ, ਕਿਉਂਕਿ ਬਨਾਵਟੀਪਨ ਨਹੀਂ ਹੈਗਾ ਇਹਦੇ 'ਚ ਨਾ। ਇੱਕ ਗੱਲ ਆ ਵੀ ਉਹ ਬੰਦਾ ਕਹਿੰਦਾ ਵੀ ਜਿੱਥੇ ਗੱਲ ਰਿਸ਼ਤੇ ਦੀ ਆ ਉੱਥੇ ਤੁਸੀਂ ਦਿਲ ਤੋਂ ਕੰਮ ਲੈਣਾ। ਕਹਿੰਦਾ ਮੇਰਾ ਬਾਪੂ ਕਹਿੰਦਾ ਹੁੰਦਾ ਸਾਡੀ ਫਿਲਮ ਦੇ ਵਿੱਚ ਇੱਕ ਡਾਇਲੋਗ ਆ, ਜਦੋਂ ਜਿੰਨੀ ਦਾ ਬਾਪੂ ਲਦੇਣ ਵਾਲਾ ਕੰਮ ਕਰਦਾ, ਜਦੋਂ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਕਿਉਂ ਕਰਾਂ, ਦੱਸ ਕੁੜੀ ਦਾ, ਹੈ ਨਾ। ਕਹਿੰਦਾ ਤੂੰ ਹੈ ਕੀ ਆ, ਤੂੰ, ਤੈਨੂੰ ਨੌਲੇਜ ਕੀ ਆ? ਕਹਿੰਦਾ ਤੂੰ ਦੱਸ, ਚੰਨ 'ਤੇ ਪਹਿਲੀ ਵਾਰੀ ਕੌਣ ਗਿਆ ਸੀ, ਨਾਸਾ ਕੀ ਆ, ਹੈ ਨਾ। ਉਹ ਕਹਿੰਦਾ ਜੀ ਵੀ ਮੇਰਾ ਬਾਪੂ ਕਹਿੰਦਾ ਹੁੰਦਾ ਵੀ ਜਦੋਂ ਕਦੇ ਜਹਾਜ਼ ਜਾਂ ਬੰਦੂਕ ਬਣਾਉਣੀ ਹੋਈ ਉਦੋਂ ਦਿਮਾਗ ਤੋਂ ਕੰਮ ਲਈ, ਜਿੱਥੇ ਗੱਲ ਰਿਸ਼ਤੇ ਦੀ ਹੋਵੇ ਉੱਥੇ ਦਿਲ ਤੋਂ ਸੋਚੀਦਾ। ਅਤੇ ਕਹਿੰਦਾ ਇਹ ਸਾਰੇ ਸਵਾਲ ਦਿਮਾਗ ਵਾਲੇ ਨੇ ਅਤੇ ਗੱਲ ਰਿਸ਼ਤੇ 'ਤੇ ਚੱਲ ਰਹੀ ਆ। ਕਹਿੰਦਾ ਸੋ ਮੈਨੂੰ ਮਾਫ਼ ਕਰੋ ਜੀ, ਇੰਨਾ ਕਹਿ ਕੇ ਨਿਕਲ ਜਾਂਦਾ। ਮੁੱਕਦੀ ਗੱਲ ਇਹ ਵੀ ਗੱਲ ਰਿਸ਼ਤਿਆਂ ਦੀ ਗੱਲ ਆ ਸਾਡੀ ਫਿਲਮ ਦੇ ਵਿੱਚ, ਆਪਣੇ ਪਿੰਡ ਦੀਆਂ ਗੱਲਾਂ ਨੇ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਟਾਈਮ ਦਿੰਦੇ ਹੋ, ਆਪਣੀ ਫੈਮਿਲੀ ਨੂੰ ਕਿੰਨਾ ਟਾਈਮ ਦਿੰਦੇ ਹੋ, ਤੁਸੀਂ ਆਪਣੇ ਪਿੰਡ ਨਾਲ ਕਿੱਦਾਂ ਜੁੜ ਕੇ ਰਹਿੰਦੇ ਹੋ, ਅਤੇ ਹੋਰ ਬੜਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ। ਬਹੁਤ ਵਧੀਆ ਫਿਲਮ ਆ, ਸਾਰੇ ਕਹਿੰਦੇ ਹੁੰਦੇ ਨੇ ਵੀ ਸਾਡੀ ਫਿਲਮ ਵਧੀਆ, ਪਰ ਮੈਂ ਦਿਲੋਂ ਕਹਿੰਦਾ ਫਿਲਮ ਵਧੀਆ, ਤੁਹਾਨੂੰ ਪਸੰਦ ਆਊਗੀ। ਜਿਹੜੀ ਮੇਰੀ ਪਹਿਲੀ ਫਿਲਮ ਤਾਂ ਮੈਨੂੰ ਲੱਗਦਾ ਤੁਹਾਨੂੰ ਪਹਿਲੀ ਦੇ ਹਿਸਾਬ ਨਾਲ ਵਧੀਆ ਲੱਗੂ। ਬਿਲਕੁਲ ਬਿਲਕੁਲ, ਮੈਂ ਵੀ ਕਹਿਣਾ ਚਾਹਾਂਗਾ ਬਾਈ ਦਿਲ ਦਾ ਸੱਚੀ ਸੱਚਾ ਹੈ, ਸੱਚੀ ਪਸੰਦ ਆਊਗੀ ਤੁਹਾਨੂੰ, ਜ਼ਰੂਰ ਦੇਖਣ ਜਾਈਓ ਭਾਈ ਮੇਰੇ ਵੱਲੋਂ ਅਤੇ PTC ਵੱਲੋਂ ਬੈਸਟ ਵਿਸ਼ਿਜ਼ ਨੇ। ਹਾਂਜੀ, ਇੱਕ ਮੈਂ ਹੋਰ ਧੰਨਵਾਦ ਕਰਨਾ ਚਾਹੁੰਦਾ, ਮੇਰਾ ਵੀਰ ਵਿਰਾਸਤ ਸੰਧੂ, ਬਹੁਤ ਵਧੀਆ ਸਿੰਗਰ ਆ ਬਾਈ, ਬਹੁਤ ਵਧੀਆ ਗਾਉਂਦਾ, ਅਤੇ ਬਾਈ ਨੇ ਸਾਡੇ ਲਈ ਕੰਮ ਕੀਤਾ ਫਿਲਮ ਦੇ ਵਿੱਚ, ਅਤੇ ਬਾਈ ਨੂੰ ਮੇਰੇ ਵੱਲੋਂ ਅਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਵਿਰਾਸਤ ਸੰਧੂ ਵੀਰ ਦਾ, ਤੇ ਬਹੁਤ ਵਧੀਆ ਰੋਲ ਕੀਤਾ ਬਾਈ ਨੇ ਫਿਲਮ ਵਿੱਚ। ਉਹਨਾਂ ਦਾ ਕੈਰੈਕਟਰ ਆ ਵੀ ਜਿੰਨੀ ਤੇ ਇਹਦੇ ਵਿਚਾਲੇ ਪੁੱਲ, ਹਾਂ ਬਿਲਕੁਲ, ਵਿਚੋਲਾ ਦਾ ਕੈਰੈਕਟਰ ਵਿਚੋਲਾ, ਅਸਲ 'ਚ ਉਹ ਪੁੱਲ ਮੰਨ ਸਕਦੀ ਆ। ਉਹ ਮੈਨੂੰ ਕਾਲਜ 'ਚ ਸਮਝਾਉਂਦਾ ਵੀ ਇਹ ਕਿ ਵੀ ਤੂੰ ਆਪਣਾ ਡਿਸੀਜਨ ਇੱਕ ਵਾਰ ਦੁਬਾਰਾ, ਹੈ ਨਾ, ਦੇਖ ਲੈ ਕਿ ਸੋਚ ਲੈ ਤੂੰ, ਸਹੀ ਹੈ ਡਿਸੀਜਨ, ਦੇਸੀ ਆ ਉਹ ਜਮਈ, ਹਾਂ, ਇਸ ਕਿਸਮ ਦਾ ਬੰਦਾ ਕੀ ਤੈਨੂੰ। ਮੈਨੂੰ ਲੱਗਦਾ ਕਿ ਆਡੀਅנס ਵੀ ਬਹੁਤ ਐਕਸਾਈਟਡ ਆ, 23rd ਤੱਕ ਵੇਟ ਕਰਨੀ ਪੈਣੀ ਵੀ ਬੜੀ ਵੱਡੀ ਗੱਲ ਆ। ਨਾਲੇ ਟੇਸ਼ਨ ਦਾ ਵਿਆਹ ਹੈ 23 ਸਤੰਬਰ ਨੂੰ, ਕੱਪੜੇ ਕੁਪੜੇ ਸਵਾਉਣ ਲਈ ਕਹਿ ਦਈ ਆਪਾਂ, ਹਾਂ, ਤੁਸੀਂ ਜਿਵੇਂ ਮਰਜ਼ੀ ਆ ਜਾਓ, ਦੇਸੀ ਬੰਦਿਆ ਸਾਰਾ ਕੁਝ ਆ ਜਾਂਦਾ। ਹੋਪਸੋ ਭਾਈ ਸੁਪਰ ਡੂਪਰ ਹਿੱਟ ਜਾਵੇ, ਥੈਂਕ ਯੂ ਜੀ, ਥੈਂਕ ਯੂ, ਧਮਾਲਾ ਪਾਵੇ, ਥੈਂਕ ਯੂ ਜੀ PTC ਦਾ ਵੀ, ਥੈਂਕ ਯੂ ਸੋ ਮਚ, ਹੈ ਨਾ, ਇੱਥੇ ਆਈ ਸਾਡੀ ਸਾਰੀ ਟੀਮ, ਤੁਹਾਡੇ ਰਾਹੀਂ ਅਸੀਂ ਦਰਸ਼ਕਾਂ ਨਾਲ ਰੂਬਰੂ ਹੋਏ, ਥੈਂਕ ਯੂ ਸੋ ਮਚ, ਥੈਂਕ ਯੂ, ਬਿਲਕੁਲ, ਥੈਂਕ ਯੂ ਸੋ ਮਚ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਧੰਨਵਾਦ, ਥੈਂਕ ਯੂ।